ਇਹ ਕਹਾਣੀ ਲਾਲ ਸਿੰਘ ਭੁੱਲਰ ਦੀ ਮਈ 1959 ਦੇ ਰਸਾਲੇ ਸੈਨਿਕ ਸਮਾਚਾਰ ਵਿੱਚ ਛਪੀ ਸੀ। ਇਹ ਕਹਾਣੀ ਉਹਦੇ ਚਾਚਾ ਜੀ ਵੱਲੋਂ ਉਹਨਾਂ ਦੀਆਂ ਕੁਝ ਪੁਸਤਕਾਂ ਫਰੋਲਦੇ ਮਿਲੀ ਅਤੇ ਉਹਨਾਂ ਨੇ ਉਹਨਾਂ ਦੇ ਬੇਟੇ ਨੂੰ ਸੌਂਪੀ। ਉਹਨਾਂ ਦੇ ਬੇਟੇ ਨੇ ਇਹ ਕਹਾਣੀ ਸਭ ਦੇ ਰੂਬਰੂ ਕੀਤੀ ਹੈ ਅਤੇ ਇਹ ਕਹਾਣੀ ਮੈਨੂੰ ਬਹੁਤ ਹੀ ਪਸੰਦ ਆਈ। ਇਹਦਾ ਨਾਮ ਹੈ ਪਗਲੀ ਲਾਲ ਸਿੰਘ ਭੁੱਲਰ, ਅਤੇ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਹਾਂ। ਇਹ ਚੰਦਰੀ ਆਦਤ ਕਦੇ ਹਟਦੀ ਹੈ? ਅੱਜ ਫਿਰ ਰਾਤ ਦੀ ਬਹੁਤੀ ਪੀਤੀ ਦੇ ਕਾਰਨ ਉਭਰਤ ਦੇ ਮਨ ਨੂੰ ਲੈ ਕੇ ਸਵੇਰੇ ਹੀ ਨਹਿਰ ਦੇ ਕੰਢੇ ਪਹੁੰਚਿਆ। ਸੂਰਜ ਦੀ ਪਹਿਲੀ ਕਿਰਨ ਨਹਿਰ ਦੇ ਕੰਢੇ ਤਰੇਲ ਭਿੱਜੇ ਘਾਹ 'ਤੇ ਮੋਤੀ ਚਮਕਾ ਰਹੀ ਸੀ। ਮੋਰ ਲੰਮੀਆਂ ਅਤੇ ਤਾਰ ਦੀਆਂ ਉਡਾਰੀਆਂ ਲਾਉਂਦੇ ਦਰੱਖਤਾਂ ਤੋਂ ਉਤਰ ਰਹੇ ਸਨ। ਤਿੱਤਰ ਕਲਕਾਰੀਆਂ ਲਾ ਲਾ ਕੇ ਰੱਬ ਦੀ ਹੋਣ ਦੇ ਗੀਤ ਗਾਉਂਦੇ ਸਨ। ਪਰ ਮੈਂ ਰਾਤ ਦੇ ਨਸ਼ੇ ਦਾ ਭੰਨਿਆ ਹੋਇਆ ਨਹਿਰ ਦੇ ਕਿਨਾਰੇ ਬੈਠਾ ਉਂਗਲਾਂ ਨਾਲ ਘਾਹ ਦੀ ਕੰਘੀ ਕਰੀ ਜਾਂਦਾ ਸਾਂ। ਜੇ ਕਦੀ ਮੈਂ ਸਿਰ ਚੁੱਕ ਕੇ ਦੇਖਦਾ ਸਾਂ ਤਾਂ ਦੂਰ ਤੱਕ ਫੁੱਲੀ ਹੋਈ ਸਰੋਂ ਦਾ ਬਸੰਤੀ ਰੰਗ ਚਮਕਦਾ ਨਜ਼ਰ ਆਉਂਦਾ ਸੀ। ਮੇਰੇ ਮੂਹਰੇ ਘਾਹ ਦੀ ਤਕੜੀ ਢੇਰੀ ਲੱਗੀ ਪਈ ਸੀ। ਮੈਨੂੰ ਨਹੀਂ ਪਤਾ ਕਿ ਮੇਰੇ ਹੱਥਾਂ ਨੇ ਆਪ ਮੁਹਾਰੇ ਹੋ ਕੇ ਇਹ ਕਦੋਂ ਅਤੇ ਕਿਵੇਂ ਤੋੜੀ ਸੀ। ਵੇ ਭਾਈ, ਮੈਨੂੰ ਭਰੀ ਚੁਕਾਈ, ਆਵਾਜ਼ ਮੇਰੇ ਕੰਨੀ ਪਈ ਜ਼ਰੂਰ ਸੀ ਪਰ ਕੁਝ ਦੁਰਾਡੇ ਹੋਣ ਕਰਕੇ ਵਿਸ਼ੇਸ਼ ਧਿਆਨ ਨਾ ਦਿੱਤਾ ਅਤੇ ਮੈਂ ਫਿਰ ਸਾਹਮਣੇ ਵਹਿੰਦੇ ਹੋਏ ਪਾਣੀ ਵਾਂਗ ਆਪਣੇ ਖਿਆਲ ਵਿੱਚ ਵਹਿਣ ਲੱਗਾ। ਵੇ ਵੀਰ, ਮੈਂ ਕਿੰਨੀਆਂ ਹਾਕਾਂ ਮਾਰੀਆਂ ਨੇ, ਮੈਨੂੰ ਭਰੀ ਚੁਕਾਵੀਂ। ਮੇਰੇ ਲਾਗਿਓ ਹੀ ਆਵਾਜ਼ ਆਈ। ਮੈਂ ਕੁਝ ਤਰਪ ਗਿਆ ਅਤੇ ਜੀ ਕਹਿੰਦੇ ਹੋਏ ਨੇ ਪਿੱਛੇ ਨੂੰ ਦੇਖਿਆ। ਇੱਕ ਅਲੜ ਜਵਾਨੀ ਮੈਲ ਨਾਲ ਖਾਕੀ ਹੋਏ ਲੀੜਿਆਂ ਵਿੱਚ ਲਪੇਟੀ ਮੇਥੋਂ ਕੋਈ 2-3 ਗਜ 'ਤੇ ਖੜ੍ਹੀ ਸੀ। ਉਹਦੇ ਖੱਬੇ ਗੋਡੇ 'ਤੇ ਪਾਟੀ ਹੋਈ ਸਲਵਾਰ 'ਤੇ ਵੱਡੇ ਵੱਡੇ ਸੜੋਪਿਆਂ ਨਾਲ ਲਾਈ ਅੰਡਰੇ ਰੰਗ ਦੀ ਟਾਕੀ ਨਵੇਂ ਲਿੱਪੇ ਘਰ 'ਤੇ ਲਾਏ ਕਾਲਖ ਦੇ ਪੰਜੇ ਵਾਂਗੂ ਦੂਰੋਂ ਹੀ ਚਮਕਦੀ ਸੀ। ਉਹਦੇ ਵਾਲਾਂ 'ਤੇ ਉਹ ਜਾਪਦਾ ਸੀ ਜਿਵੇਂ ਮੁੱਦਤ ਤੋਂ ਕੰਘੀ ਪੱਟੀ ਨਹੀਂ ਕੀਤੀ ਅਤੇ ਉਹਦੀਆਂ ਜਟੂਰੀਆਂ ਬੋਹੜ ਦੀ ਦਾੜੀ ਵਾਂਗ ਆਪ ਮੁਹਾਰੀਆਂ ਲਟਕ ਰਹੀਆਂ ਸਨ। ਉਹ ਭੋਲੀ ਜਿਹੀ ਸੂਰਤ ਦੀਆਂ ਅੱਖੀਆਂ ਦੱਸਦੀਆਂ ਸਨ। ਵਿਚਾਰੀ ਨੇ ਸੁਰਮਾ ਪਾਉਣਾ ਤਾਂ ਕੀ, ਮੁੱਦਤ ਤੋਂ ਦੇਖਿਆ ਵੀ ਨਹੀਂ। ਉਂਗਲਾਂ ਦੇ ਨੋਂ ਵੱਧ ਵੱਧ ਕੇ ਨਹੁੰਦਰਾ ਬਣੇ ਹੋਏ ਸਨ ਪਰ ਉਸਦੇ ਇੰਨੇ ਗਲੀਜ਼ ਪਹਿਰਾਵੇ ਵਿੱਚ ਵੀ ਉਸਦਾ ਚਿਹਰਾ ਇਹੋ ਚਮਕਦਾ ਸੀ ਜਿਵੇਂ ਹਨੇਰੀ ਅਤੇ ਕਾਲੀ ਬੋਲੀ ਰਾਤ ਵਿੱਚ ਪਹਿਰ ਦੇ ਤੜਕੇ ਦਾ ਤਾਰਾ। ਜਦ ਮੈਂ ਕਾਫ਼ੀ ਦੇਰ ਉਹਦੇ ਵੱਲ ਅਤੇ ਉਹਦੇ ਪਹਿਰਾਵੇ ਵੱਲ ਦੇਖੀ ਗਿਆ ਤਾਂ ਉਹਨੇ ਸੋਚਿਆ ਭੁੰਦ ਨੂੰ ਅਜੇ ਵੀ ਨਹੀਂ ਸੁਣਿਆ, ਨਹੀਂ ਤਾਂ ਕਹਿਣ ਲੱਗੀ, ਉਹ ਸਾਹਮਣੇ ਖੇਤ ਵਿੱਚ ਜੰਡ ਹੇਠਾਂ ਮੈਂ ਸਰੋਂ ਪੁੱਟ ਕੇ ਰੱਖੀ ਹੈ, ਮੈਨੂੰ ਚੁਕਾ ਦੇ। ਮੈਂ ਉੱਠਿਆ, ਉਹ ਮੇਰੇ ਅੱਗੇ ਅੱਗੇ ਤੁਰ ਪਈ ਅਤੇ ਮੈਂ ਪਿੱਛੇ ਪਿੱਛੇ ਹੋ ਤੁਰਿਆ। ਤੁਰਿਆ ਜਾਂਦਾ ਮੈਂ ਉਸਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਦੇਖਦਾ ਜਾਂਦਾ ਸਾਂ ਕਿ ਮੇਰੀ ਨਜ਼ਰ ਰੁਕਦੀ ਸੀ ਤਾਂ ਉਸਦੀ ਕਮਰ 'ਤੇ ਜਿਹੜੀ ਚੰਬੇ ਦੀ ਲਗਰ ਵਾਂਗ ਸੱਜੇ ਖੱਬੇ ਝੋਲੀ ਖਾ ਰਹੀ ਸੀ। ਇੱਕ ਹੁਸਨ ਦੀ ਰਾਣੀ ਦੀ ਇਹ ਦਸ਼ਾ ਦੇਖ ਕੇ ਕਈ ਖਿਆਲ ਦਿਲ ਵਿੱਚ ਉੱਠਦੇ ਸਨ ਪਰ ਉਹਦੀ ਇਸ ਹਾਲਤ ਦਾ ਕਾਰਨ ਪੁੱਛਾਂ ਤਾਂ ਬੁਲਾਵਾਂ ਕਿਵੇਂ। ਜਿਹੜੀ ਸਭ ਤੋਂ ਵੱਡੀ ਸਮੱਸਿਆ ਮੇਰੀ ਉਲਝੀ ਉਹ ਇਹ ਕਿ ਬਈ ਉਸਨੂੰ ਕੀ ਕਹਿ ਕੇ ਬੁਲਾਵਾਂ। ਆਖਰ ਹਿੰਮਤ ਕੀਤੀ, ਜਾਂ ਤਾਂ ਬੋਲਦਾ ਨਹੀਂ ਸਾਂ ਅਤੇ ਜੇ ਬੋਲਿਆ ਤਾਂ 3-4 ਸਵਾਲ ਇਕੱਠੇ ਹੀ ਕਰ ਦਿੱਤੇ। ਤੂੰ ਕੌਣ ਹੈ, ਨਾ ਕੀ ਹੈ, ਕਿਹੜੇ ਘਰਾਂ ਵਿੱਚੋਂ ਹੈ, ਤੁਹਾਡੇ ਕੋਈ ਬੰਦਾ ਨਹੀਂ ਜੋ ਆਪ ਚਾਰੇ ਨੂੰ ਆਈ ਹੈ ਆਦਿ। ਅਜੇ ਹੋਰ ਵੀ ਮੈਂ ਕਈ ਸਵਾਲ ਇਸੇ ਲੜੀ ਵਿੱਚ ਪ੍ਰੋ ਦੇਣੇ ਸਨ ਪਰ ਇੰਨੇ ਨੂੰ ਇੱਕ ਲੰਮਾ ਹੋਕਾ ਲੈ ਕੇ ਉਹ ਸਰੋਂ ਦੀ ਭਰੀ 'ਤੇ ਬੈਠ ਗਈ ਅਤੇ ਉਸਦੀਆਂ ਅੱਖਾਂ ਵਿੱਚੋਂ 2 ਸੁੱਚੇ ਮੋਤੀ ਉਹਦੀਆਂ ਸੇਬ ਜਿਹੀਆਂ ਗੱਲਾਂ ਉੱਤੇ ਹੁੰਦੇ ਹੋਏ ਉਭਰੀ ਹੋਈ ਛਾਤੀ 'ਤੇ ਜਾ ਡਿੱਗੇ। ਮੈਂ ਇਹ ਦੇਖ ਕੇ ਠਠੰਬਰ ਗਿਆ ਅਤੇ ਸਾਹਮਣੇ ਵੱਟ 'ਤੇ ਬੈਠਦਿਆਂ ਤਰਲਾ ਕੀਤਾ। ਮੈਨੂੰ ਮਾਫ਼ ਕਰਨਾ ਜੀ, ਮੈਨੂੰ ਨਹੀਂ ਪਤਾ ਸੀ ਵੀ ਤੁਹਾਡਾ ਦਿਲ ਇੰਨਾ ਦੁਖੀ ਹੈ ਜੇ ਮੇਰੇ ਕੁਝ ਪੁੱਛਣ 'ਤੇ ਹੀ ਤੜਪ ਉੱਠੇਗਾ। ਵੇ ਵੀਰ, ਡੁਸਕਦੇ ਤੋਂ ਠਿੜਦੇ ਜੇ ਬੁੱਲ ਫਰਕੇ। ਮੈਂ ਖਾਸਾ ਚਿਰ 'ਤੇ ਉਡੀਕਿਆ ਬਈ ਉਹ ਦੁਖਿਆਰੀ ਆਪਣਾ ਰੋਕਿਆ ਵਾਕ ਪੂਰਾ ਕਰੇਗੀ ਪਰ ਜਦ ਨਾ ਹੀ ਕੀਤਾ ਤਾਂ ਮੈਂ ਕਿਹਾ, ਕਹੋ ਕੀ ਕਹਿਣ ਲੱਗੀ ਸੈਂ। ਬਾਈ ਕੀ ਆਖਾਂ, ਤੂੰ ਕਹਿ ਆਪਣਾ ਦੁਖੜਾ, ਹੋ ਸਕਿਆ ਤਾਂ ਮਦਦ ਕਰਾਂਗਾ। ਮੇਰੇ ਦੁਖੜੇ ਲੰਮੇ ਨੇ ਅਤੇ ਉਹਨੇ ਇੱਕ ਆਹਾ ਭਰੀ, ਤੂੰ ਲੰਮੇ ਹੀ ਸੁਣਾ, ਇੰਨਾ ਵਕਤ ਨਹੀਂ। ਇਹ ਸੁਣ ਕੇ ਮੈਂ ਉਸਨੂੰ ਕਿਹਾ, ਮੈਂ ਕਈ ਦਿਨ ਇਸੇ ਪਿੰਡ ਰਹਿਣਾ ਹੈ ਅਤੇ ਕੁਝ ਅੱਜ ਦੱਸ ਅਤੇ ਬਾਕੀ ਕੱਲ੍ਹ
मैं इत्थे ही मिलांगा। उन्हें अपने हाथ विचला इन्नू खोलिया जिहड़ा कि पाटी हुई खेसी दा सी ते उहदे पल्ले नाल अखां पूंजदे होए एक आपदे मत्थे ते लटकदी जरूरी जिहा वड्डा होंका लिया ते बोली, लै सुन। थोड़ी जिही रुक के, मैं लाडा पाली एक अमीर बाप बदनसीब बाप की धी हाँ। उन्हें शुरू तो फिक्र सी मेरे लिए चंगा घर लभन का। कदी कदी प्यार नाल गोद विच लै के कहिंदा हुंदा सी, मैं अपने जिंदर नूं इहो जिहे घर विआवांगा जिथे राणियां वांग रहे ते मौज करे। ते मैं कहिंदी हुंदी सां, बापू जी हर प्यो ही यही सोचदा है, पर भाग नहीं माणियां धीआं दे उहनां दीआं आशां ते कई वार पाणी फेर दिंदे हन। इन्नी गल करके उह रो पई ते कहिण लगी, मैनूं चिर हो गया भरी चुकाड़िया, मैं बाकी कल दसांगी। ओदी काल देख के मैं भरी चुकाई ते कहा, इन्ना भार ना चुकया कर, भी पशु मारद ने जाए खाणिया दे। कह के वह दुलकी चाल पिंड की पगडंडी पै गई। जिंदर की हालात देख के मेरी टोट मिट चुकी सी ते मैं कई गल्लां सोचदा, खबरे पति अफीमी है या बैली है जो कुटदा है आदि। अपने घर वाल तुरद्या दूसरे दिन नाश्ते तो मगर मैं फिर उसे खेत वाल चल पिया। 5-10 मिनट की उड़ीक मगरों वह आ गई तो सरों पुटन लगी। मैं उसकी मदद करदे होया पुछा, फिर की होया? तो कहन लगी, आखिर मेरे पिता जी ने घर पाल ही लिया, मुंडा जागीरदारा दा ते नाम भी जगीर सिंह। बहुता ही सुनखा से चंद्रा, उहदा तुरे जांदे दा शमला मोर की धूण वांग हिलदा। याद है हुण भी मेरी नींद खुल जांदा है। उहदा प्यार मेरे नाल सी भी इन्ना, शायद बनेरे ते बैठे कबूतरां दे जोड़दा भी नहीं। कहिंदे हुंदे ने बुझण लगे दीवे दी लोभ बहुती हुंदी है, खबरे एवें ही वह प्यार छेती मुक्कण वाला सी। की गल, तेरा पति लड़ पिया जां होर शादी कर ली? मैं काले होके पुछा। जी नहीं, तकदीर दा गेड़ मेरे जीवन दे थम नूं त्रेड़ां आउणियां शुरू होईयां ते मेरा माही बीमार हो गया। की रोग सी उहनूं? लोकी ते भूत प्रेत चमड़ दे दसदे सन, पर मेरे कोल तां जिसम विच पीड़ा दसदा हुंदा सी। अखां पूंजदी होई फिर बोली, एक दिन मैं उदासी जिही पति दी सेवा विचों बाहर आई तां मेरे कन्नी मेरी सस दी आवाज़ पई, जिहड़ी गुआंढण नूं कह रही सी कि बहू दा पैर चंद्रा है। जदों दी आई है उस दिन गड्ढे दे पहिए विच फस के बलद दी पूंछ टुट्टी। 10 कु दिन होए बकरी दा मेमना कुत्तिया ने मारता, परसों खुड्डा खुला रह गया, बिल्ली दे सारे कुक्कड़ मारते। मित्तों रिहा ना गया ते मैं सास नूं कहा, माता जी भला कुक्कड़ा दा खुड्डा कि मैं खोलता सी? तां अगो उत्तर मिलिया, बस नहीं चंद्रे मुवालिए, असी अगे 35 वरिया दे पाले हन, अगे ना खुला रहा कदे ये, तेरे कड़मे पैरां दा सदका है। रब खैर करे मेरा मुंडा राजी हो जाए। बुढ़ी दी अखीली गल सुन के मेरे कन्न हसे। जिंदर बोली, जिवें उहदा मुंडा मेरा कुछ लगता ही नहीं। डाक्टर ने मेरे पति नूं हिलनों वरजिया सी, पर मैं सस दीआं गल्लां तों तंग आ के डरी डराई अपने पति हाणी दी मंजी कोल आ के रो पई। इन्नू नूं मैनूं मेरे बाबल दे मरण की खबर मिली ते मैं भुब्बा मार के रो पई। तां बुढ़ी ने बाहर सद के मेरी जुत्ती मारदिआं कहा, प्यो मर गया तां किहड़ा गभरू सी, 40 सालां दी उम्र सी। फिर जद मैं अपने पति कोल रोई तां उहनें सोचा बई मैनूं पए नूं देख के रोंदी है ते मैनूं धरवास देण दी खातर उठ्या ते बोलिया, जिंदर कमली ना बण, हुण मैं उठ सकदा, मैं हुण तकड़ा हाँ उहदे पिछे पासे डिग पिया ते मेरे जीवन दा त्रेड़िया थम टुट गया। मेरियां भुब्बा सुन के सस अंदर आई, जिंदर इक्को साही सुनाई जांदी सी, 2-4 लत्तां मेरे मारियां ते कहिंदी, डैणे मेरा पुत खा लिया, ते फिर रोण कुरलाण लगी। हुण उस दिन ते मैं पशु पालदी हाँ, गोहा कूड़ा करदी हाँ ते चुल्ला चौंका सस ने रख्या है, बचे हुए पलेथन दियां 2 रोटियां मैनूं ला फड़ाउंदी है। जे किते दाल मंग लां तां कहूँ कि आने टाडड वेखदी है, तेरे बाबे जोगी है। यह सुन के 2 सबर दे कुट भरदी हाँ ते उन्हां कुट्टां नाल ही 2-4 बुरकियां लंघ जांदियां ने जिन्हां दे सहारे जिंदा हाँ। जिंदर होर भी बोली गई, कल मैं ये चीथड़े दिखा के कहा, साल हो गया इन्हां नूं नवें दे दिओ, तां मेरी सास कोल बैठी सहेली नूं कहिंदी,
ਲੈ ਨਹੀਂ ਕਰਤਾਰੋ, ਸਾਲ ਵਿੱਚ ਲੀੜੇ ਪਾਟ ਗਏ। ਭਾਈ ਅਸੀਂ ਵੀ ਹੰਢਾਏ ਸਾਂ ਪਰ ਇਉਂ ਖੱਦਰ ਖਾਂਦੇ ਨਹੀਂ ਸਾਂ। ਗੁਆਂਢਣ ਕੁਝ ਮੇਰੇ ਵੱਲ ਦੀ ਹੋ ਕੇ ਬੋਲੀ ਤਾਂ ਸੜੀ ਸੜਾਈ ਉੱਠੀ ਅਤੇ 6 ਗਜ ਖੱਦਰ ਲਿਆ ਦਿੱਤਾ ਅਤੇ ਕਹਿੰਦੀ, ਸਿਉਂ ਲੈ, ਜੇ ਕੱਟਿਆ ਤਾਂ ਪੁਰਾਣਿਆਂ 'ਚੋਂ ਟਾਕੀ ਜੋੜ ਲਵੀਂ, ਜਿਹੜੀ ਨੇ ਬੰਦੇ ਖਾ ਲਏ ਲੀੜੇ ਕੀ ਛੱਡਣੇ ਨੇ। ਵੇ ਵੀਰ, ਮੈਂ ਅਖੀਰਲੀ ਸੁਣ ਲਈ, ਮੈਂ ਖੂਹ ਟੋਬੇ ਪੈ ਕੇ ਮਰਨੂੰ ਮਰ ਜੂ ਪਰ ਇਸ ਦੁਨੀਆ 'ਤੇ ਨਹੀਂ ਰਹਿਣਾ। ਪਗਲੀ ਨਾ ਬਣੀ, ਮੈਂ ਕਿਹਾ, ਤੇਰੇ ਜੀਵਨ ਲਈ ਜ਼ਰੂਰ ਬੰਦੋਬਸਤ ਕਰਾਂਗਾ ਜਿਹੜਾ ਕਿ ਭਾਈ ਨੂੰ ਭੈਣ ਖਾਤਰ ਕਰਨਾ ਚਾਹੀਦਾ ਹੈ। ਉਹਦੇ ਬੁੱਲ ਫਰਕੇ ਭੁੱਬ ਮਾਰ ਕੇ ਮੇਰੇ ਗਲੇ ਲੱਗ ਗਈ। ਦਿਨ ਵੱਡਾ ਆ ਗਿਆ ਸੀ। ਅੱਜ ਮੈਂ ਆਪ ਉਸਨੂੰ ਭਰੀ ਚੁੱਕਣ ਲਈ ਕਿਹਾ ਅਤੇ ਨਾਲ ਹੀ ਸਮਝਾਇਆ ਵੀ 2-4 ਦਿਨ ਕੱਟ, ਇੰਨੇ ਨੂੰ ਪ੍ਰਬੰਧ ਹੋ ਜਾਓ ਅਤੇ ਉਹਨੂੰ ਘਰ ਨੂੰ ਤੋੜ ਦਿੱਤਾ। ਰਾਤੀ ਮੈਨੂੰ ਖਿਆਲ ਆਇਆ, ਸਾਡੇ ਪਿੰਡ ਕੁੜੀਆਂ ਨੂੰ ਗੁਰਮੁਖੀ ਪੜ੍ਹਨ ਦਾ ਕੋਈ ਪ੍ਰਬੰਧ ਨਹੀਂ ਅਤੇ ਜਿੰਦਰ ਨੂੰ ਚੁੱਪ ਚੁਪਾਤੇ ਲਿਜਾ ਕੇ ਉੱਥੇ ਲਾ ਦੇਵਾਂਗੇ, ਨਾਲੇ ਬੱਚਿਆਂ ਵਿੱਚ ਜੀ ਲੱਗ ਜੂ। ਇਹ ਖਬਰ ਲੈ ਕੇ ਸਵੇਰੇ ਮੈਂ ਚਾਈਂ ਚਾਈਂ ਖੇਤ ਪੁੱਜਾ। 10 ਵਜੇ ਤੱਕ ਉਡੀਕਿਆ, ਨਾ ਆਈ। ਮੈਂ ਉਤਾਵਲੇ ਜਿਹੇ ਕਦਮਾਂ ਨਾਲ ਪਿੰਡ ਵੱਲ ਮੁੜਿਆ ਅਤੇ ਪਿੰਡ 'ਚੋਂ ਆਉਂਦੀ ਅਰਥੀ ਵੇਖ ਕੇ ਇੱਕ ਛੋਟਾ ਜਿਹਾ ਮੁੰਡਾ ਆਪਦੇ ਸਾਥੀ ਨੂੰ ਕਹਿ ਰਿਹਾ ਸੀ, ਉਹ ਵੇਖੋਏ, ਵੀਰੇ ਦੀ ਬੋਟੀ ਲਈ ਜਾਂਦੇ, ਧਾਰ ਤੜਦੀ ਤੋਂ ਦੁੱਧ ਦੁੱਲਦਿਆ। ਵੀਰੇ ਦੀ ਮਾਂ ਨੇ ਟੁੱਟੀ ਅਤੇ ਖੂਹ ਵਿੱਚ ਛਾਲ ਮਾਰ ਤੇ ਮਰਦੀ। ਬੱਚਿਆਂ ਦੀ ਤੋਤਲੀ ਬੋਲੀ ਵਿੱਚੋਂ ਸਭ ਕੁਝ ਲੱਭ ਚੁੱਕਾ ਸੀ। ਮੈਂ ਰਾਹ ਦੇ ਪਾਸੇ ਹੋ ਕੇ ਖਲੋ ਗਿਆ ਅਤੇ ਜਦ ਜਿੰਦਰ ਮੇਰੇ ਬਰਾਬਰੋਂ ਦੀ ਲੰਘ ਗਈ ਤਾਂ ਮੇਰੇ ਮੂੰਹੋਂ ਆਪ ਮੁਹਾਰਾ ਨਿਕਲਿਆ, ਪਗਲੀ, ਅਤੇ ਮੇਰੇ ਹੱਥ ਵਿਚਲਾ ਰੁਮਾਲ ਗਿੱਲਾ ਸੀ। Subscribe now and press the bell icon. Never miss an update.